डॉक्टर साहब, मैं तुहाडे क्लिनिक ਤੇ ਇੱਕ ਦਫਾ ਗਿਆ ਤੇ ਮੈਂ ਇੱਕ ਮਰੀਜ਼ ਦੇ ਨਾਲ ਤੁਹਾਡੀ ਡਿਸਕਸ਼ਨ ਸੁਣ ਰਿਹਾ ਸਾਂ। ਤੁਸੀਂ ਬੜੀ ਲੰਬੀ ਉਹਦੀ ਗੱਲ ਸੁਣੀ ਔਰ ਬਾਅਦ ਚ ਮੈਂ ਤੁਹਾਨੂੰ ਪੁੱਛਿਆ ਕਿ ਇੰਨਾ ਟਾਈਮ ਕਿਉਂ ਦਿੱਤਾ ਤੇ ਤੁਸੀਂ ਕਿਹਾ ਕਿ ਇਹ ਤਾਂ ਜਦ ਤੱਕ ਸਾਰੀ ਗੱਲ ਬਾਹਰ ਨਹੀਂ ਆਏਗੀ ਨਾ ਤੇ ਸੈਟੀਸਫਾਈ ਨਹੀਂ ਹੋਏਗਾ ਤੇ ਕੋਈ ਨਫਸੀਆਤ ਦਾ ਵੀ ਤਾਂ ਲੱਗੇਗਾ ਇਹਦੇ ਚ। ਬਹੁਤ ਗਹਿਰਾ ਮੈਂ ਦੇਖਿਆ ਜੀ ਕਿ ਅਗਰ ਤੁਸੀਂ ਮਰੀਜ਼ ਦੀ ਗੱਲ ਹੀ ਸੁਣ ਲਓ ਮੇਰੇ ਖਿਆਲ ਅੱਧਾ ਮਾਸਟਰ ਦਾ ਵੈਸੇ ਠੀਕ ਹੋ ਜਾਣਾ। ਬਿਲਕੁਲ ਸਹੀ, ਉਹਨੂੰ ਸਮਝਾ ਦਿਓ ਤੇ ਅੱਧਾ ਬਾਕੀ ਉਹ ਵੈਸੇ ਵਿੱਚ ਚਲਾ ਜਾਂਦਾ ਜੀ। ਪ੍ਰੋਫੈਸਰ ਇਰਫਾਨ ਸਾਹਿਬ, ਕਮਰ ਵੱਲ ਆ ਜਾਈਏ, ਕਮਰ ਦੇ ਮੋਹਰੇ ਵੀ ਖਰਾਬ ਹੋ ਜਾਂਦੇ ਨੇ ਆਮ ਤੌਰ ਤੇ ਕਾਮਨ ਜੀ, ਜਿਹੜੀ ਅਸੀਂ ਦੇਖਦੇ ਹਾਂ ਤੇ ਚੌਥਾ ਪੰਜਵਾਂ ਮੋਹਰੇ ਦਾ ਕਹਿੰਦੇ ਨੇ ਜੀ ਇਹਦੇ ਚ ਖਰਾਬੀ ਆ ਗਈ ਹੈ, ਕੋਈ ਗੈਪ ਆ ਗਿਆ ਜਾਂ ਕੋਈ ਵੱਧ ਗਿਆ ਜਾਂ ਹੇਠਾਂ ਜਿਹੜਾ ਉਹਦਾ ਕੁਛ ਨੇ ਉਹਦੇ ਚ ਕੋਈ ਗੜਬੜੇ ਤੇ ਕਿਸ ਤਰ੍ਹਾਂ ਇਹ ਸ਼ੁਰੂ ਕਿੱਥੋਂ ਹੁੰਦਾ ਤਾਂ ਫਿਰ ਇਲਾਜ ਤੁਸੀਂ ਕਿਸ ਤਰ੍ਹਾਂ ਕਰਦੇ? ਸਰ, ਜਿਹੜਾ ਕਮਰ ਦੀ ਦਰਦ ਦਾ ਅਸਲ ਮਕਸਦ ਹੁੰਦਾ ਹੈ ਜ਼ਿਆਦਾਤਰ ਜਿਹੜਾ ਹੈ ਜੀ, ਉਹ ਜਿਹੜੇ ਨੇ ਪੱਠੇ ਜੇ ਕਮਜ਼ੋਰ ਹੋ ਜਾਣ ਕਮਰ ਦੇ ਜਾਂ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੋਏ, ਠੀਕ, ਤੇ ਉਹਦੇ ਨਾਲ ਦਰਦ ਆ ਜਾਂਦੀ ਹੈ। ਅੱਛਾ, ਤੇ ਉਹਦਾ ਗੈਪ ਕੰਮ ਹੋਣਾ ਜਾਂ ਮੋਰੇ ਦਾ ਉਹਦਾ ਕੋਈ ਨਹੀਂ ਹੈਗਾ। ਅਸਲ ਵਿੱਚ ਬਹੁਤ ਸਾਰੇ ਚੀਜ਼ਾਂ ਅਨਡਾਇਗਨੋਸ ਵੀ ਜਾਂਦੀਆਂ ਨੇ, ਹਰ ਚੀਜ਼ ਬੰਦਾ ਉਹਨੂੰ ਮੋਰੇ ਵੱਲ ਲੈ ਜਾਂਦਾ, ਲੇਕਿਨ ਅਗਰ ਮਰੀਜ਼ ਨੂੰ ਅੱਛੀ ਤਰ੍ਹਾਂ ਉਹਦੀ ਪੂਰੀ ਕਹਾਣੀ ਸੁਣ ਲਈ ਜਾਏ, ਫਿਰ ਉਹਦਾ ਅੱਛੀ ਤਰ੍ਹਾਂ ਮੁਆਇਨਾ ਕਰ ਲਿਆ ਜਾਏ ਤੋ ਪਤਾ ਚੱਲ ਜਾਂਦਾ ਹੈ ਕਿ ਇਹਨੂੰ ਜਿਹੜਾ ਕਮਰ ਦੀ ਦਰਦ ਮੋਰੇ ਖਰਾਬ ਹੋਣ ਦੀ ਵਜ੍ਹਾ ਨਾਲ ਹੈ ਜਾਂ ਵਿਟਾਮਿਨ ਡੀ ਡੈਫੀਸ਼ੀਐਂਸੀ ਜਾਂ ਮਸਲ ਦੀ ਨਾਲ ਹੈ। ਸਹੀ, ਜੇ ਉਹ ਮੋਰੇ ਖਰਾਬ ਹੋਣ ਦੀ ਵਜ੍ਹਾ ਨਾਲ ਤੇ ਫਿਰ ਉਹਦੀ ਜਿਹੜੀ ਦਰਦ ਹੈ ਉਹ ਲੱਤ ਵਿੱਚ ਜਾਏਗੀ, ਲੱਤ ਦੇ ਵਿੱਚ ਚੱਲਣ ਦੇ ਨਾਲ ਥੋੜਾ ਬਹੁਤਾ ਸੁੰਨਪਨ ਆ ਜਾਏਗਾ ਜਾਂ ਉਹਦਾ ਭਾਰੀਪਨ ਲੱਤ ਵਿੱਚ ਆਏਗਾ। ਜਦੋਂ ਨਮਾਜ਼ ਵਾਸਤੇ ਰਕੂ ਵਿੱਚ ਜਾਏਗਾ ਤੇ ਉਹਦੀ ਦਰਦ ਵੱਧ ਜਾਏਗੀ, ਖੜੇ ਉਹਨਾਂ ਦਰਦ ਵੱਧ ਜਾਏਗੀ। ਉਹ ਫਿਰ ਉਹਦਾ ਤਸ਼ਖੀਸ ਜਿਹੜੀ ਹੈ ਬੜੀ ਆਸਾਨ ਹੁੰਦੀ ਹੈ, ਮੁਆਇਨਾ ਕਰਕੇ ਉਹਦਾ ਪਤਾ ਚੱਲ ਜਾਂਦਾ ਹੈ ਕਿ ਇਹਨੂੰ ਉਹ ਮੋਰੇ ਦੀ ਦਰਦ ਡਿਸਕ ਦੀ ਵਜ੍ਹਾ ਨਾਲ ਹੈ ਜਾਂ ਡਿਸਕ ਦੀ ਵਜ੍ਹਾ ਨਾਲ ਨਹੀਂ ਹੈਗੀ। ਤੇ ਇਨੀਸ਼ੀਅਲੀ ਇਬਤਦਾਈ ਇਹਦਾ ਇਲਾਜ ਵੀ ਜਿਹੜਾ ਹੈ ਉਹ ਸਿੰਪਲ ਦਵਾਈਆਂ ਹੀ ਨੇ, ਠੀਕ, ਔਰ 70-80% ਤੋਂ ਜ਼ਿਆਦਾ ਮਰੀਜ਼ ਜਿਹੜੇ ਨੇ ਉਹ ਦਵਾਈਆਂ ਨਾਲ ਬਿਲਕੁਲ ਆਰਾਮ ਉਹਨਾਂ ਨਾਲ ਆ ਜਾਂਦਾ ਹੈ। ਔਰ ਦਵਾਈਆਂ ਦੇ ਨਾਲ ਫਿਰ ਉਹ ਹੀ ਪਰਹੇਜ਼ ਔਰ ਹਰ ਉਹ ਚੀਜ਼ ਜਿਸ ਚੀਜ਼ ਦੇ ਨਾਲ ਇਹ ਦਰਦ ਜ਼ਿਆਦਾ ਹੋਈ ਹੈ ਉਹ ਹੁਣ ਅੱਜ ਕੱਲ੍ਹ ਇਹ ਬੜਾ ਟ੍ਰੈਂਡ ਹੋ ਗਿਆ ਕਿ ਅਸੀਂ ਏਸੀ ਜਿਹੜਾ ਨਾ ਉਹ ਇੰਨਾ ਲੋਅ ਰੱਖਦੇ ਹਾਂ ਔਰ ਬਿਲਕੁਲ ਕਮਰ ਤੇ ਉਹ ਇਫੈਕਟ ਕਰ ਰਿਹਾ ਹੁੰਦਾ। ਇਹਦਾ ਵੀ ਇਫੈਕਟ ਹੈ? ਬੜਾ ਸਖਤ ਜ਼ਿਆਦਾ ਇਫੈਕਟ ਹੈ ਸਰ। ਉਹ ਲੈਪਟਾਪ ਜਿਹੜਾ ਉਹ ਅਸੀਂ ਇਸ ਤਰ੍ਹਾਂ ਕਰਕੇ ਇਸਤੇਮਾਲ ਕਰਦੇ ਹਾਂ ਕੰਪਿਊਟਰ ਨਾਲ ਉਹਦਾ। ਅੱਛਾ ਪ੍ਰੋਫੈਸਰ ਸਾਹਿਬ, ਇਹ ਜਿਹੜੇ ਓਸਟੀਓਪਰੋਸਿਸ ਅਸੀਂ ਸੁਣਨੇ ਆ ਇਹ ਕੀ ਬਿਮਾਰੀ? ਆਸਾਨ ਜਿਹੀ ਜ਼ਬਾਨ ਜ਼ਰਾ ਦੱਸਣਾ। ਦੇਖੋ ਮੁਰਸ਼ਦ, ਇਹ ਜੋ ਪ੍ਰੋਫੈਸਰ ਸਾਹਿਬ ਨੇ ਫਰਮਾਇਆ ਕਮਰ ਦਰਦ, ਇਹ ਸ਼ਾਖਸਾਨਾ ਸਭ ਤੋਂ ਪਹਿਲੇ ਓਸਟੀਓਪਰੋਸਿਸ ਜਿਹੜਾ ਹੱਡੀਆਂ ਦੀ ਕਮਜ਼ੋਰੀ ਔਰ ਭੁਰਭਰਾਪਨ ਹੈ ਨਾ, ਸਭ ਤੋਂ ਜ਼ਿਆਦਾ ਮੋਸਟ ਇੰਪੈਕਟ ਇੱਥੇ ਆਉਂਦਾ ਇਸ ਓਸਟੀਓਪਰੋਸਿਸ।